ਆਪਾਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਗੱਲ ਤੋਂ ਬਾਅਦ ਚ ਇਹ ਵੀ ਜਿਹੜੇ ਲੋਕ ਅੱਜ ਇਹ ਕਹਿੰਦੇ ਨੇ ਕਿ ਉਹਦਾ ਕੀ ਫਾਇਦਾ ਹੋਇਆ, ਉਹਦਾ ਕੀ ਅਰਥ ਹੈ ਜਿਹੜਾ ਅਸੀਂ ਝੰਡਾ 10 ਮਿੰਟ ਲਈ ਜਾਂ 15 ਮਿੰਟ ਲਈ ਚਲਾਇਆ ਹੈ। ਮਤਲਬ ਉਹਦਾ ਅਰਥ ਹੈ ਸੰਬੋਲਿਕ ਹੀ ਹੁੰਦਾ ਹੈ ਝੰਡਾ, ਵੀ ਅਸੀਂ ਹਕੂਮਤ ਨੂੰ ਇਹ ਦੱਸਿਆ ਵੀ ਅਸੀਂ ਜਿਉਂਦੇ, ਅਸੀਂ ਮਰੇ ਨਹੀਂ, ਸਾਡੀ ਹੋਂਦ ਅੱਜ ਵੀ ਕਾਇਮ ਹੈ ਕਿ ਬੇਸ਼ੱਕ ਤੂੰ 100 ਸਾਡੇ 'ਤੇ ਜ਼ੁਲਮ ਕੀਤੇ ਨੇ, 1000 ਕੀਤੇ ਨੇ, ਸਾਡੀ ਹੋਂਦ ਜਿਹੜੀ ਅੱਜ ਵੀ ਉਸੇ ਤਰ੍ਹਾਂ ਅਸੀਂ ਚੜ੍ਹਦੀ ਕਲਾ 'ਚ ਰਹਿ ਰਹੇ ਹਾਂ। ਹੁਣ ਜਿਹੜੇ ਲੋਕ ਇੱਕੋ ਦਮ ਇੱਕ ਨਾ ਹੁੰਦਾ ਬੰਦੇ ਦੇ ਅੰਦਰ ਅਵਚੇਤਨਤਾ 'ਚ ਜਦੋਂ ਗੁਲਾਮੀ ਆ ਜਾਏ ਨਾ ਬੰਦੇ ਦੇ, ਜਦੋਂ ਬੰਦੇ ਦੇ ਵਿੱਚ ਗੁਲਾਮੀ ਆ ਜਾਏ, ਜਦੋਂ ਕੋਈ ਘਟਨਾ ਵਾਪਰਦੀ ਆ, ਗੁਲਾਮੀ ਇੱਦਾਂ ਜ਼ਾਹਰ ਹੁੰਦੀ ਹੈ ਜਿਹੜੇ ਬੰਦਿਆਂ ਦੇ ਅੰਦਰ ਗੁਲਾਮੀ ਆ ਨਾ, ਉਹ ਇਸ ਤਰੀਕੇ ਨਾਲ ਜ਼ਾਹਰ ਹੁੰਦੀ ਹੈ ਵੀ ਉਹ ਬੰਦੇ ਜਦੋਂ ਕੋਈ ਅਚਨਚੇਤ ਘਟਨਾ ਵਾਪਰਦੀ ਹੈ, ਉਹ ਬੰਦੇ ਉਹ ਜਿਹੜਾ ਸਡਨ ਰਿਐਕਸ਼ਨ ਹੈ ਜਿਹੜਾ ਉਸੇ ਵੇਲੇ ਉਹਨਾਂ ਨੇ ਕੋਈ ਆਪਣਾ ਵਿਚਾਰ ਦੇਣੇ ਨੇ ਉਸ ਮਸਲੇ ਦੇ ਉੱਤੇ। ਅਤੇ ਬਹੁਤੇ ਬੰਦੇ ਤੁਸੀਂ ਵੇਖੋਗੇ ਨਾ ਜਦੋਂ ਜਦੋਂ ਨਿਹੰਗਾਂ ਨੇ ਪਿੱਛੇ ਜੇ ਗੁੱਟ ਵੱਢ ਦਿੱਤਾ ਸੀ ਪੁਲਿਸ ਵਾਲੇ ਦਾ, ਉਦੋਂ ਜਿਹੜੇ ਕਹਿੰਦੇ ਘਾਉਂਦੇ ਸਿੱਖ ਬੰਦੇ ਸੀ ਉਹ ਬੰਦੇ ਵੀ ਜਿਹੜੇ ਸੀ ਇਸ ਗੱਲ ਦੇ ਵਿਰੋਧ 'ਚ ਆ ਗਏ। ਉਹਨਾਂ ਨੂੰ ਉਦੋਂ ਵੀ ਇਹ ਲੱਗਾ ਵੀ ਜਿਹੜਾ ਅਸੀਂ ਇਹ ਕੰਮ ਕੀਤਾ ਇਹਦੇ ਨਾਲ ਸਟੇਟ ਪ੍ਰਵੋਕ ਹੋਊਗੀ ਅਤੇ ਸਟੇਟ ਸਾਡਾ ਕਤਲੇਆਮ ਕਰੂਗੀ। ਸਟੇਟ ਜਿਹੜਾ ਵਾ, ਸਟੇਟ ਜੇ ਫਰਜ਼ ਕਰੋ ਤੁਹਾਨੂੰ ਇਹ ਸਦੀ ਵੀ ਸਾਡੇ 'ਤੇ ਖਤਰਾ ਬਣਿਆ ਹੋਇਆ ਵੀ ਸਟੇਟ ਆ ਸਾਡੇ ਕਿਸੇ ਵੀ ਐਕਸ਼ਨ ਦੇ ਨਾਲ ਸਾਡਾ ਕਤਲੇਆਮ ਕਰ ਸਕਦੀ ਹੈ, ਇਹਦਾ ਮਤਲਬ ਇਹ ਆ ਵੀ ਅਸੀਂ ਗੁਲਾਮ ਹਾਂ। ਅਤੇ ਜਿਹੜੇ ਬੰਦੇ ਗੁਲਾਮ ਹੁੰਦੇ ਨੇ ਸਟੇਟ ਜਦੋਂ ਉਹਨਾਂ ਦਾ ਕਤਲੇਆਮ ਕਰਨਾ ਚਾਹੁੰਦੀ ਹੈ ਤਾਂ ਸਟੇਟ ਉਹਨਾਂ ਬਹਾਨੇ ਵੀ ਲੱਭ ਲੈਂਦੀ ਆ ਆਪ, ਉਹਨੂੰ ਲੋੜ ਨਹੀਂ ਪੈਂਦੀ ਜਿਹੜੇ ਆ ਇੰਤਜ਼ਾਰ ਕਰਨ ਦੀ ਵੀ ਕੁਛ ਅਗਲੀ ਕੌਮ ਕਰੇ ਅਤੇ ਮੈਂ ਫਿਰ ਕਰਾਂ, ਹੈ ਨਾ। ਕਈ ਲੋਕ ਇਸੇ ਚੱਕਰ 'ਚ ਸੰਤਾਂ ਦੇ ਉੱਤੇ ਕਹਿ ਦਿੰਦੇ ਨੇ ਵੀ ਸੰਤਾਂ ਨੂੰ ਵੀ ਤੁਸੀਂ ਉੱਥੇ ਸੰਤ ਜੇ ਉੱਥੇ ਨਾ ਮੌਜੂਦ ਹੁੰਦੇ, ਸੰਤ ਜੇ ਹਥਿਆਰ ਨਾ ਚੁੱਕਦੇ ਤਾਂ ਇੱਦਾਂ ਨਾ ਹੁੰਦਾ। ਪਰ ਇਵੈਂਚੁਅਲੀ ਗੱਲ ਇਹ ਹੈ ਵੀ ਜਦੋਂ ਸਟੇਟ ਜਿਹੜੀ ਕੈਪੇਬਲ ਆ ਤੁਹਾਡਾ ਕਤਲੇਆਮ ਕਰਨ ਵਾਸਤੇ, ਜਿਹੜੀ ਸਟੇਟ ਤੁਹਾਨੂੰ ਹਮੇਸ਼ਾ ਖਤਰਾ ਵਾ ਜਿਹੜੀ ਸਟੇਟ ਤੋਂ ਵੀ ਉਹ ਤੁਹਾਡਾ ਕਦੇ ਵੀ ਕਤਲੇਆਮ ਕਰ ਸਕਦੀ ਹੈ, ਅਤੇ ਉਹ ਸਟੇਟ ਬਹਾਨਾ ਨਹੀਂ ਲੱਭ ਸਕਦੀ ਕਿ ਉਹ ਕਤਲੇਆਮ ਕਰਨ ਵਾਸਤੇ ਤੁਹਾਡਾ। ਇਸ ਕਰਕੇ ਜਿਹੜਾ ਕੰਸਟੈਂਟ ਫੀਅਰ ਹੈ ਸਾਡੇ ਉੱਤੇ, ਜਿਹੜਾ ਡਰ ਹੈ ਸਦੀਵੀ ਤੌਰ 'ਤੇ ਵੀ ਸਾਡਾ ਕਦੇ ਵੀ ਕਤਲੇਆਮ ਹੋ ਸਕਦਾ, ਉਹ ਡਰ ਜਿੰਨਾ ਚਿਰ ਅਸੀਂ ਇਹਨੂੰ ਕਨਫਰੰਟ ਨਹੀਂ ਕਰਦੇ, ਜਿੰਨਾ ਚਿਰ ਉਹਦੇ ਸਾਹਮਣੇ ਅਸੀਂ ਨਹੀਂ ਜਾਂਦੇ, ਜਿੰਨਾ ਚਿਰ ਅਸੀਂ ਉਹਨੂੰ ਅਸੀਂ ਮੂਲ ਨੂੰ ਨਹੀਂ ਪਛਾਣਦੇ, ਉਨਾ ਚਿਰ ਉਹ ਡਰ ਸਾਡੇ 'ਤੇ ਸਦੀਵੀ ਬਣਿਆ ਰਹੇਗਾ। ਅਤੇ ਜਿੰਨਾ ਚਿਰ ਉਹ ਡਰ ਬਣਿਆ ਰਹੇਗਾ ਸਾਡੇ ਉੱਤੇ, ਅਸੀਂ ਜਿਹੜਾ ਵਾ ਉਹ ਸਦੀਵੀ ਇਸ ਚੀਜ਼ ਨੂੰ ਭੁਗਤ ਰਵਾਂਗੇ ਇਸ ਵਰਕ ਨੂੰ। ਹੁਣ ਅੱਜ ਬਿੱਲਾਂ ਦਾ ਮਸਲਾ ਹੈ, ਕੱਲ੍ਹ ਨੂੰ ਕਿਸੇ ਹੋਰ ਚੀਜ਼ ਦਾ ਮਸਲਾ ਹੈ, ਪਰਸੋਂ ਕਿਸੇ ਹੋਰ ਚੀਜ਼ ਦਾ ਮਸਲਾ ਆ ਜਾਏਗਾ। ਕਿੰਨੀ ਕੁ ਵਾਰ ਅਸੀਂ ਇਸੇ ਹਕੂਮਤ ਦੇ ਅੱਗੇ ਆਣ ਕੇ ਫਿਰ ਇਹ ਗੱਲਾਂ ਕਰਾਂਗੇ ਅਤੇ ਫਿਰ ਪਰ ਨਾਲ ਦੀ ਨਾਲ ਇਹ ਵੀ ਕਰੀ ਜਾਵਾਂਗੇ ਵੀ ਨਹੀਂ ਇਹ ਸਿੱਖੀ ਦਾ ਮਸਲਾ ਨਹੀਂ, ਅਸਲ ਮੂਲ ਇਹ ਮੁੱਦਾ ਸਿੱਖੀ ਦਾ ਮੁੱਦਾ। ਪੰਜਾਬ ਦਾ ਪਾਣੀ ਕਿਉਂ ਲੁੱਟਿਆ ਗਿਆ, ਪੰਜਾਬ ਦਾ ਪਾਣੀ ਲੁੱਟ ਕੇ ਰਾਜਸਥਾਨ ਦਿੱਤਾ ਗਿਆ ਜਿੱਥੇ ਜਿੱਥੇ ਰੇਤਾ, ਜਿੱਥੇ ਰੇਗਿਸਤਾਨ ਹੈ, ਪੰਜਾਬ ਦੀ ਬੋਲੀ 'ਤੇ ਕਿਉਂ ਹਮਲੇ ਹੋ ਰਹੇ? ਜੇ ਅਸੀਂ ਇਹ ਸਵੀਕਾਰ ਨਹੀਂ ਕਰਦੇ, ਜੇ ਅਸੀਂ ਕਹਿ ਦਈਏ ਪੰਜਾਬੀ ਬੋਲੀ 'ਤੇ ਵੈਸੇ ਹੀ ਹਮਲੇ ਹੋਈ ਜਾ ਰਹੇ, ਜੇ ਅਸੀਂ ਕਹਿ ਦਈਏ ਵੀ ਜਿਹੜਾ ਸਿੱਖੀ ਦੇ ਉੱਤੇ ਹਮਲੇ ਹੋ ਰਹੇ ਆ, ਜੇ ਅਸੀਂ ਕਹਿ ਦਈਏ ਵੀ ਜਦੋਂ ਸਾਨੂੰ ਇਹ ਕਿਹਾ ਜਾਂਦਾ ਵੀ ਤੁਹਾਡਾ ਗੁਰੂ ਸਰ ਤੁਹਾਡੇ ਹਿੰਦੂ ਸਨ, ਤੁਹਾਡੇ ਗੁਰੂ ਇੱਦਾਂ ਨਹੀਂ ਸਨ, ਉੱਦਾਂ ਸਨ, ਸਾਡੇ ਇਤਿਹਾਸ ਨਾਲ ਛੇੜਛਾੜ ਕੀਤੀ ਜਾਂਦੀ, ਭਾਵ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਸਾਰਾ ਕੁਛ। ਪਰ ਅਸੀਂ ਸਾਰਾ ਕੁਛ ਮੰਨ ਲੈਂਦੇ ਹਾਂ ਵੀ ਆਹ ਵੀ ਹੋ ਰਿਹਾ, ਆਹ ਵੀ ਹੋ ਰਿਹਾ, ਆਹ ਵੀ ਹੋ ਰਿਹਾ, ਪਰ ਅਸੀਂ ਇਹ ਨਹੀਂ ਮੰਨਦੇ ਵੀ ਅਸੀਂ ਗੁਲਾਮ ਹੈ। ਜਿਵੇਂ ਹੁਣ ਤੁਹਾਡਾ ਸਰੀਰ ਦਾ ਕਿਸੇ ਦਾ ਖੂਨ ਗੰਦਾ ਹੋ ਜਾਏ ਨਾ, ਤਾਂ ਉਹਦੇ ਸਰੀਰ ਦੇ ਉੱਤੇ ਫੋੜੇ ਫਿੰਸੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਫੋੜੇ ਫਿੰਸੀਆਂ ਦਾ ਅਸੀਂ ਇਲਾਜ ਕਰੀ ਜਾਈਏ ਉੱਥੋਂ, ਪਰ ਇਹ ਨਾ ਮੰਨੀਏ ਵੀ ਸਾਡਾ ਸਰੀਰ ਦਾ ਖੂਨ ਗੰਦਾ ਹੈ ਅਤੇ ਕਦੀ ਉਹ ਫੋੜੇ ਫਿੰਸੀਆਂ ਬੰਦ ਹੋਣਗੇ ਨਿਕਲ ਸਾਡੇ ਸਰੀਰ, ਸਾਡੀ ਬਿਮਾਰੀ ਕਦੇ ਉਹ ਠੀਕ ਹੋਵੇਗੀ? ਨਹੀਂ ਹੋਵੇਗੀ, ਕਿਉਂਕਿ ਅਸੀਂ ਮੂਲ ਨੂੰ ਫੜਨਾ ਨਹੀਂ ਚਾਹੁੰਦੇ। ਅੱਜ ਅਸੀਂ ਦਿੱਲੀ ਬੈਠੇ ਹਾਂ ਹੋਣ ਦੀ ਲੜਾਈ ਲੜਨ ਨੂੰ, ਜਿਹੜਾ ਅਸੀਂ ਕਹਿ ਰਹੇ ਹਾਂ, ਦਾਅਵਾ ਕਰ ਰਹੇ ਹਾਂ ਕਿ ਸਾਡੀ ਹੋਣ ਦੀ ਲੜਾਈ ਹੈ। ਜੇ ਸਾਡੀ ਹੋਣ ਦੀ ਲੜਾਈ ਹੈ ਦਿੱਲੀ ਬੈਠਿਆਂ ਦੀ, ਤਾਂ ਫਿਰ ਅਸੀਂ ਜੜ ਕਿਉਂ ਨਹੀਂ ਫੜਦੇ? ਹੋਣ 'ਤੇ ਸਾਡੀ ਗੁਲਾਮ ਕੀਤੀ ਹੋਈ ਹੈ ਨਾ, ਸਾਡੀ ਹੋਣ ਨੂੰ ਗੁਲਾਮੀ ਤੋਂ ਖਤਰਾ ਹੈ, ਇਕੱਲੇ ਬਿੱਲਾਂ ਦਾ ਥੋੜ੍ਹੀ ਖਤਰਾ ਹੈ। ਇਸ ਤੋਂ ਪਹਿਲਾਂ ਇਹਨਾਂ ਬਿੱਲਾਂ ਤੋਂ ਪਹਿਲਾਂ ਸਾਡੇ ਲੱਖਾਂ ਨੌਜਵਾਨ ਨਸ਼ੇ ਨਾਲ ਮਰ ਚੁੱਕੇ, ਇੱਕ ਵਾਰ ਸਾਡਾ ਕਤਲੇਆਮ ਹੋ ਚੁੱਕਾ, ਇੱਕ ਉਹ ਚੱਲਦਾ ਆ ਰਿਹਾ ਸਦੀਵੀ ਤੌਰ 'ਤੇ। ਲੋਕਾਂ ਦੀ ਮੁਸ਼ਕਲ ਕੀ ਆ ਵੀ ਲੋਕ ਇਹ ਤਾਂ ਵੇਖ ਲੈਂਦੇ ਆ ਵੀ 84 ਤੋਂ 94 ਤੱਕ ਸਾਡੇ ਕਿੰਨੇ ਨੌਜਵਾਨ ਗੋਲੀਆਂ ਨਾਲ ਸ਼ਹੀਦ ਹੋਏ, ਗੋਲੀਆਂ ਨਾਲ ਮਾਰੇ ਗਏ, ਹਕੂਮਤ ਨੇ ਮੁਕਾਬਲੇ ਬਣਾ ਦਿੱਤੇ, ਝੂਠੇ ਹਮਲਾ ਕਰ ਦਿੱਤਾ। ਲੋਕ ਇਹ ਨਹੀਂ ਵਹਿੰਦੇ ਵੀ 2000 ਤੋਂ 2020 ਤੱਕ ਕਿੰਨੇ ਲੱਖਾਂ ਨੌਜਵਾਨ ਸਾਡੇ ਨਸ਼ੇ ਨਾਲ ਮਰੇ ਗਏ। ਮਤਲਬ ਨਸਲਕੁਸ਼ੀ ਦੀ ਕੋਈ ਵੀ ਇੱਕ ਤਰੀਕਾਕਾਰ ਹੋਵੇ ਨਸਲਕੁਸ਼ੀ ਦਾ, ਉਹ ਹੈ ਤਾਂ ਨਸਲਕੁਸ਼ੀ ਨਾ ਹੋਵੇ। ਸਾਡੇ ਕੌਮ ਦੇ ਨੌਜਵਾਨ ਜਿਹੜੇ ਆ ਹਿਜਰਤ ਕਰਨ ਨੂੰ ਮਜਬੂਰ ਆ ਬਾਹਰ ਜਾਣ ਨੂੰ, ਕੋਈ ਚਾਅ ਨਹੀਂ ਕਿਸੇ ਨੂੰ ਹੈਗਾ, ਇੱਕ ਹੁਣ ਰਿਵਾਜ ਵੀ ਬਣ ਗਿਆ ਹੋਵੇ, ਪਰ ਇਸੇ ਕਰਕੇ ਬਣੇ ਨਾ, ਸਾਡਾ ਇੱਥੇ ਕੋਈ ਹੈ ਨਹੀਂ, ਅਸੀਂ ਸਾਡਾ ਭਵਿੱਖ ਸਾਨੂੰ ਦਿਸਦਾ ਨਹੀਂ ਪੰਜਾਬ ਦੇ ਵਿੱਚ। ਅਤੇ ਹੋਣ ਦੀ ਲੜਾਈਆਂ ਤਾਂ ਸਾਡੀਆਂ ਬਹੁਤ ਮਹਾਰਾਂ 'ਤੇ ਲੜ ਰਹੇ ਹਾਂ ਆਪਾਂ। ਜਦੋਂ ਅਸੀਂ ਪੰਜਾਬੀ ਬੋਲੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਉਹ ਵੀ ਹੋਣ ਦੀ ਲੜਾਈ ਹੈ ਨਾ, ਜੇ ਪੰਜਾਬੀ ਬੋਲੀ ਮੁੱਕ ਗਈ ਸਾਡੀ ਹੋਂਦ ਬਚੇਗੀ? ਜੇ ਪੰਜਾਬ 'ਚੋਂ ਪਾਣੀ ਮੁੱਕ ਗਿਆ ਸਾਡੀ ਹੋਂਦ ਬਚੇਗੀ? ਪਰ ਅੱਜ ਉੱਥੇ ਕਿਸਾਨ ਜਥੇਬੰਦੀਆਂ ਜਾਂ ਕੋਈ ਬੰਦਾ ਪੰਜਾਬ ਦੇ ਪਾਣੀ ਦੀ ਗੱਲ ਨਹੀਂ ਕਰਨਾ ਚਾਹੁੰਦਾ, ਉਹ ਕਹਿੰਦੇ ਸਾਡੀ ਹੋਂਦ ਜਿਹੜੀ ਆ ਇਹ ਸਾਡੀ ਖੇਤੀ ਦੀ ਲੜਾਈ ਹੈ, ਇਹਦੇ ਨਾਲ ਸਾਡਾ ਕੰਟਰੈਕਟ ਪੈਦਾ ਹੋ ਜਾਊਗਾ ਦੂਜੇ ਸੂਬਿਆਂ ਦੇ ਨਾਲ।
ਜਿਹੜੀ ਏਕਤਾ ਡਰ ਦੇ ਅਧੀਨ ਬਣ ਗਈ ਹੈ ਸਾਡੀ। ਏਕਤਾ ਤੇ ਦੋ ਬਰਾਬਰ ਦੀਆਂ ਧਿਰਾਂ ਚ ਹੋ ਸਕਦੀ, ਦੋ ਧਿਰਾਂ ਬਰਾਬਰ ਹੋਣ ਉਹ ਕਹਿਣ ਵੀ ਅਸੀਂ ਬਰਾਬਰ ਹੈ, ਇੱਕ ਬਰਾਬਰ ਹੈ। ਜਿਹੜੀ ਏਕਤਾ ਅਸੀਂ ਕਹਿੰਦੇ ਹਾਂ ਨਾ, ਉਹ ਏਕਤਾ ਨਹੀਂ ਹੈਗੀ, ਉਹ ਹੈਗੀ ਗੁਲਾਮੀ। ਅਤੇ ਗੁਲਾਮੀ ਜਦੋਂ ਬੰਦੇ 'ਤੇ ਗਲ ਪਈ ਹੋਵੇ ਨਾ, ਅਤੇ ਬੰਦਾ